ਕੀ ਹਾਲ ਚਾਲ? ਆ ਗਏ 5 ਮਿੰਟ ਦੇ ਕ੍ਰਾਫਟ ਦੇ ਚੁਤਿਆਪੇ ਨਾਲ। ਕਿਹਾ ਸੀ ਨਾ ਕੰਨਾਂ 'ਚ ਹੈੱਡਫੋਨ ਲਾ ਲਓ, ਹੁਣ ਸਾਰਿਆਂ ਸਾਹਮਣੇ ਨਿਕਲ ਗਈ ਗੱਲ, ਆਪੇ ਇਕੱਲੇ ਛੇਤਰ ਖਾ ਲਓ। ਆਮ ਬੰਦੇ ਦੀ ਜ਼ਿੰਦਗੀ ਦਾ ਬੇੜਾ ਤਾਂ ਪਹਿਲਾਂ ਹੀ ਗਰਕ ਹੈ, ਤੂੰ ਲੰਘ ਜਾ। ਚਲੋ ਸਲੰਸਰ ਪਵਾ ਲਓ ਨਵਾਂ। ਆਮ ਬੰਦੇ ਦੀ ਜ਼ਿੰਦਗੀ ਦਾ ਬੇੜਾ ਤਾਂ ਪਹਿਲਾਂ ਹੀ ਗਰਕ ਹੈ, ਪੁੱਠੇ ਕੰਮਾਂ ਤੋਂ ਵਿਹਲ ਤਾਂ ਸਾਨੂੰ ਉਹੀ ਨਹੀਂ ਮਿਲਦੀ, ਅਤੇ ਉੱਤੋਂ ਜੇ ਅਸੀਂ 5 ਮਿੰਟ ਕ੍ਰਾਫਟ ਵਾਲੀ ਵੀਡੀਓ ਵੇਖ ਲਈਏ, ਓਏ ਹੋਏ, ਫਿਰ ਤਾਂ ਅਸੀਂ ਜਾਣੀਏ ਤਾਂ ਸਾਡਾ ਕੰਮ। ਪੁੱਠਾ ਦਿਮਾਗ ਤਾਂ ਸਾਰਿਆਂ ਦੇ ਚੱਲਦਾ, ਪਰ 5 ਮਿੰਟ ਕ੍ਰਾਫਟ ਜਿੰਨਾ ਨਾ ਨਾ ਕਦੇ ਵੀ ਨਹੀਂ। ਬਾਈ ਜੀ ਨਹਾਉਣਾ, ਬਾਥਰੂਮ 'ਚ ਫੁਹਾਰਾ ਹੈ ਨਹੀਂ। ਚਲੋ ਜੀ ਬੋਤਲ ਟੰਗ ਕੇ ਮੋਹਰੇ ਕਰ ਦਿਓ। ਰਿਸ਼ਤੇਦਾਰਾਂ ਨੂੰ ਕੀ ਜਵਾਬ ਦੇਵਾਂਗੇ? ਉਹ ਕੀ ਆਖਣਗੇ ਅਸੀਂ ਬਾਲਟੀ ਨਾਲ ਨਹਾਉਣੇ ਹਾਂ ਅਤੇ ਤੁਸੀਂ ਬਿਸਲਰੇ ਦੀ ਬੋਤਲ ਨਾਲ? ਕੱਪਾਂ ਨਾਲ ਨਹਾਉਂਦੇ ਸੁਣਿਆ ਸੀ। ਭੈਣ ਸਾਲੇ ਕੇਲਿਆਂ 'ਚੋਂ ਕੀਵੀਆਂ ਕੱਢੀ ਜਾਣਗੇ, ਪੁੱਛਣ ਵਾਲਾ ਹੋਵੇ ਕਿਉਂ ਕੀਵੀ ਦੇ ਸਾਈਜ਼ ਸਹੀ ਨਹੀਂ ਸੀ ਜੋ ਕੇਲੇ 'ਚੋਂ ਵੀ ਕੀਵੀ ਕੱਢਤੀ। ਛਿੱਲੜ ਪੀਲੇ ਰੰਗ ਦਾ, ਬਾਹਰੋਂ ਕੇਲਾ ਹੀ ਹੈ ਅੰਦਰੋਂ ਕੀਵੀ। ਦਿਮਾਗ ਹੋਵੇ ਤਾਂ ਇੰਨਾ ਜਿੰਨਾ, ਓਏ ਬੇਅਕਲ ਕਿਸੇ ਥਾਂ 'ਤੇ। ਅੱਜ ਇਹਨਾਂ ਨੂੰ ਮੈਂ ਚੰਗੀਆਂ ਗਾਲਾਂ ਕੱਢਣੀਆਂ, ਕਿਉਂਕਿ ਇੰਨਾ ਇਹਨਾਂ ਦੀ ਵੀਡੀਓ ਹੈਗੀ ਇੰਗਲਿਸ਼ 'ਚ, ਮੇਰੀ ਹੈਗੀ ਪੰਜਾਬੀ, ਇਹਨਾਂ ਨੂੰ ਸਮਝ ਤਾਂ ਆਉਣੀ ਨਹੀਂ। ਪਹਿਲਾਂ ਤਾਂ ਬੰਦਾ ਪੈਪਾਂ ਹੀ ਬਗੜਾ ਰਿਹਾ, ਉਹ ਵੀ ਪ੍ਰੈਸ ਨਾਲ। ਜੇ ਆਹੀ ਕੰਮ ਅਸੀਂ ਕਰੀਏ ਨਾ, ਪਹਿਲਾਂ ਸਾਡੀਆਂ ਪੈਪਾਂ ਚਿੱਬਣ ਪ੍ਰੈਸ ਨਾਲ, ਫਿਰ ਸਾਡੇ ਚੱਪਲਾਂ ਚਿੱਬਣ ਚਿੱਤਰਾਂ 'ਤੇ ਘਰਦਿਆਂ ਵੱਲੋਂ। ਲਾਈਫ ਹੈ ਕਹਿੰਦਾ ਫੁੱਦੂ ਕੰਮ। ਅੱਛਾ ਪਹਿਲਾਂ ਤਾਂ ਬੰਦਾ 20-30 ਰੁਪਏ ਦੀਆਂ ਪੈਪਾਂ ਲੈ ਕੇ ਆਵੇ, ਬਾਅਦ 'ਚੋਂ ਆ ਗਲੂ ਗਨ 300-400 ਰੁਪਏ ਦੀ ਆਉਂਦੀ ਹੈ ਮੇਰੇ ਹਿਸਾਬ ਨਾਲ, ਇਹ ਬਾਅਦ 'ਚੋਂ ਉਹਦੀ ਚੱਪਲ ਬਣਾਵੇ ਕੱਟ ਕੇ, ਇੱਕ ਦਿਨ ਵੀ ਨਹੀਂ ਕੱਢਣੀ ਇਹ ਚੱਪਲ। ਉਹ ਸਾਡੇ ਵਰਗਾ ਤਾਂ ਆਹ ਚੱਪਲ ਦੀਆਂ ਅੱਡੀਆਂ ਬਹਾ ਦਿੰਦਾ, ਇਹ ਤਾਂ ਸਾਡੇ ਲਈ ਚੀਜ਼ ਕੀ ਹੈ? 140 ਦੀ ਆਹੀ ਲੇਅਰ ਨਵੀਂ, ਏਦੂ ਜ਼ਿਆਦਾ ਵਧੀਆ ਆ ਫੁੱਦੂ ਜੇ ਕੰਮ ਕਰਨ ਨਾਲੋਂ। ਹਾਲੋ ਦਿਮਾਗ ਇਹਨਾਂ ਦਾ ਵੀ ਬਹੁਤ ਆ, ਪੈਰ ਨਿੱਕੇ ਨਿੱਕੇ ਅਤੇ ਚੱਪਲ ਖਲੀ ਦੀ ਤਿਆਰ ਕਰ ਲਈ 16 ਨੰਬਰ ਦੀ। ਕੀ ਗੱਲ, ਨਾਪਾ ਵੀ ਲੈ ਲੈਂਦੇ, ਇੰਨਾ ਜੱਬ ਤਾਂ ਕੀਤਾ ਹੀ ਸੀ। ਮੈਨੂੰ ਸਮਝ ਨਹੀਂ ਆਉਂਦੀ, ਕੁੜੀ ਦੇ ਗੂਠੇ ਆਪਦੇ ਨਹੀਂ ਆਪਸ 'ਚ ਮਿਲੀ ਜਾਂਦੇ, ਅਤੇ ਲਾਈਫ ਹੈਕ ਸਾਨੂੰ ਸਿਖਾਊਗੀ ਕੀ ਯਾਰ। ਹੁਣ ਕਿਚਨ ਦੇਖ ਲਓ, ਸਾਰੀ ਕਿਚਨ ਦੀ ਸੈਲਫ ਖਾਲੀ ਪਈ ਹੈ, ਇੱਕ ਗਮਲਾ ਪਿਆ ਸ਼ੋ ਆਫ ਨੂੰ, ਇੱਕ ਤੇਲ ਦੀ ਬੋਤਲ ਪਈ ਹੈ। ਸਾਰਿਆਂ ਨੂੰ ਪਤਾ ਤੇਲ ਹੀ ਆ ਉਹ, ਕੋਈ ਲੈਬੋਰਟਰੀ ਤਾਂ ਹੈ ਨਹੀਂ ਵੀ 80 cc ਜੀ ਮੂੰਹ 'ਚ ਪਾ ਕੇ ਰੱਖਿਆ ਪਿਆ ਹੋਊਗਾ, ਹੈ ਨਾ? ਐਡਾ ਵੱਡਾ ਲੈ ਕੇ ਲਾ ਰੱਖਿਆ ਉੱਤੇ ਓਇਲ, ਅੰਨੇ ਬੰਦੇ ਨੂੰ ਵੀ ਦਿਸ ਜੇ। ਐਸ ਬੋਤਲ ਦਾ ਹੀ ਕੰਮ ਹੋਊਗਾ ਮੇਰੇ ਹਿਸਾਬ ਨਾਲ ਇਸ ਵੀਡੀਓ 'ਚ, ਤਾਂ ਹੀ ਸਲਫ 'ਤੇ ਰੱਖਤਾ। ਪੁੱਠੀ ਮੱਤ, ਤੇਲ ਥੱਲੇ ਡੋਲਤਾ, ਆਏ ਹਾਏ। ਪਹਿਲਾਂ ਤਾਂ ਤੇਲ ਦਾ ਨੁਕਸਾਨ, 500 ਰੁਪਏ ਦਾ ਕਹਿਣ ਹੋਊਗਾ ਜਿਹੜਾ ਥੱਲੇ ਡੋਲਤਾ, ਤੇਲ ਹੋਇਆ ਬੜਾ ਮਹਿੰਗਾ ਪਿਆ। ਦੂਜੀ ਗੱਲ, ਸਲਫ 'ਤੇ ਮੱਥਾ ਵੱਜੂ, ਪੱਟੀਆਂ ਸੱਟਾਂ ਦਾ ਨੁਕਸਾਨ ਅੱਡ, ਘਰੋਂ ਗਾਲਾਂ ਅੱਡ। ਉਹ ਜੇ ਪਤਲਾ ਹੀ ਹੋਣਾ, ਤੇਲ ਥੱਲੇ ਡੋਲਣ ਨਾਲੋਂ ਤੇਲ ਡਸਟਬਿਨ ਡੋਲਿਆ, ਤਲੀਆਂ ਚੀਜ਼ਾਂ ਖਾਣੀਆਂ ਬੰਦ ਕਰੋ, ਆਪੇ ਬੰਦਾ ਪਤਲਾ ਆਊਗਾ। ਅੱਗੇ ਥੋੜ੍ਹੇ ਪੁੱਠੇ ਚੱਲਦੇ ਆ, ਜਿਹੜਾ ਤੁਸੀਂ ਪੁੱਠੀ ਮੱਤ ਦੇਣ ਲੱਗੇ ਹੋ ਗੁੱਜ ਬੱਤੀ ਦੇ ਕੁੱਜੇ। ਹੁਣ ਸ਼ੁਕਰ ਆ ਹਾਲੇ ਇਹਨਾਂ ਨੇ ਤੇਲ ਥੱਲੇ ਡੋਲ ਕੇ ਰਨਿੰਗ ਕੀਤੀ ਹੈ, ਇਹਨਾਂ ਦਾ ਵੱਸ ਨਹੀਂ ਚੱਲਦਾ ਤੇਲ ਥੱਲੇ ਡੋਲ ਕੇ, ਇਹ ਤਾਂ ਪੂਰੀਆਂ ਬਣਾ ਦੇਣ ਤੇਲਾਂ 'ਤੇ। ਹੁਣ ਕਈ ਮੈਨੂੰ ਆਖਣਗੇ ਬਾਈ ਇਹ ਤੇਲ ਨਹੀਂ ਰਿਫਾਇੰਡ ਹੁੰਦਾ, ਸਾਲੇ ਸਾਡੇ ਤਾਂ ਤੇਲ ਹੀ ਹੁੰਦਾ, ਤੁਹਾਡੇ ਹੁੰਦੇ ਹੋਣਗੇ ਰਿਫਾਇੰਡ।
ਮੂੰਹ ਤਾਂ ਮੂੰਹ ਹੀ ਹੁੰਦਾ, ਚਾਹੇ ਉਹਨੂੰ ਸੁਸੂ ਕਹੋ ਅਤੇ ਚਾਹੇ ਉਹਨੂੰ ਬਾਥਰੂਮ, ਬਾਥਰੂਮ ਤਾਂ ਨਹਾਉਣ ਵਾਲਾ ਹੁੰਦਾ, ਸੋਰੀ। ਓ ਕਿੱਦਾਂ ਠਰਕੀਓ, ਹੋ ਗਏ ਫਿਰ ਕੈਮਰੇ ਦੇ ਨੇੜੇ? ਟੱਬ ਬਣਾ ਲਿਆ, ਉਹ ਸੋਫੇ ਕੋਲ ਡਾ ਲਿਆ, ਤੇ ਜਦੋਂ ਉੱਠ ਕੇ ਪਿੰਡਾਂ ਪੁੰਜਣ ਜਾਏਗੀ ਉਦੋਂ ਪੈਰਾਂ ਦੇ ਨਿਸ਼ਾਨਾ ਪਿੱਛੇ ਪੋਚਾ ਕੌਣ ਮਾਰਦਾ ਆਊਗਾ? ਛਿੰਕਾ। ਡਰਾਇੰਗ ਰੂਮ 'ਚ ਟੱਬ ਡਾ ਕੇ ਬੈਠੀ ਹੈ, ਗੁੱਜ ਬੱਤੀ, ਇੱਥੇ ਬਾਥਰੂਮ 'ਚ ਨਹੀਂ ਟੱਬ ਡਹਿੰਦੇ। ਸਾਲਾ ਟੱਬ ਡਾ ਲਓ ਤਾਂ ਆਪ ਤੋਂ ਨਹੀਂ ਬਿਹਾ ਜਾਂਦਾ, ਜੇ ਆਪ ਬਹਿ ਤਾਂ ਟੱਬ ਨਹੀਂ ਡਹਿੰਦਾ, ਅਤੇ ਜੇ ਟੱਬ ਦੇ ਵਿੱਚ ਬਹਿ ਜਾਓ ਫਿਰ ਟੱਬ ਦੇ ਵਿੱਚ ਪਾਣੀ ਨਹੀਂ ਪੈਂਦਾ, ਬਾਹਰ ਡੁੱਲੀ ਜਾਂਦਾ। ਮੈਂ ਤਾਂ ਛੱਪੜ ਤੈਨੂੰ ਹੁਣ ਚੱਲ ਜਾ ਕਰਨਾ ਇਦੂ ਚੱਲਦਾ। ਆ ਹੁੰਦਾ ਪਿਆਰ, ਸੀਰੀਅਸ ਰਿਲੇਸ਼ਨਸ਼ਿਪ। ਇੱਕ ਵਾਰੀ ਮੈਂ ਵੀ ਐਂ ਟਰਾਈ ਕੀਤਾ, ਮੈਂ ਵੀ ਆਪਦੇ ਨੂੰ ਸਕੈਚ ਕੱਢ ਕੇ ਵਿਖਾਇਆ, ਉਹ ਕਹਿੰਦੀ ਕੀ ਗੱਲ ਅੱਜ ਤੂੰ ਥੱਕਿਆ ਹੋਇਆ? ਆਹ ਤਾਂ ਪੱਕਾ ਕੋਈ ਮੇਰਾ ਸਬਸਕ੍ਰਾਈਬਰ ਹੈ, ਆਹ ਸਾਲਾ ਠਰਕੀ। ਲੈ ਉਹਨੇ ਐਡੀ ਕਾਰਵਾਈ ਪਾਤੀ, ਨਾਲ ਵਾਲੀਆਂ ਸਾਹਮਣੇ ਵੇਖੀ ਜਾਂਦੀਆਂ, ਕੀ ਗੱਲ ਸਾਹਮਣੇ ਜੋਨੀ ਸਿੰਘ ਚੱਲੀ ਜਾਂਦਾ? ਸਾਡੇ ਅਰਗੇ ਦੇ ਨਾਲ ਬੈਠਾ ਕੋਈ ਕੂਲਿਪ ਕੱਢ ਲਏ, ਅਸੀਂ ਐਂ ਵੇਖਣ ਲੱਗ ਜਾਂਦੇ ਹਾਂ, ਓਏ ਹੋਏ ਹੋਏ 20 ਵਾਲਾ ਪੈਕਟ ਤੇਰਾ ਭਲਾ ਹੋ ਜੇ, ਇਹ ਤਾਂ ਰੁਪਿੰਦਰ ਗਾਂਧੀ ਨੂੰ ਫਾਸਟ ਐਂਡ ਫਿਊਰੀਅਸ ਵਾਲੀ ਫੀਲ ਲੈ ਕੇ ਵੇਖੂਗਾ। ਓਏ ਹੋਏ ਲੈ ਵੀ ਸਾਰੀ ਭਰੀ ਫਿਰਦਾ ਹੈ, ਤਿੰਨਾਂ ਵਾਲਾ ਸੈੱਟ ਲਾਓ ਤਿੰਨਾਂ ਵਾਲਾ, ਅਸੀਂ ਉਦੋਂ ਤੱਕ ਵੇਖਦੇ ਹਾਂ ਜਦੋਂ ਤੱਕ ਉਹ ਕੂਲਿਪਾਂ ਲਾ ਕੇ ਸੈੱਟ ਨਹੀਂ ਦਿੰਦਾ। ਸੈੱਟ ਦਾ ਕੀ ਹੈ ਸਾਲੇ, ਐਂ ਕਰਕੇ ਐਂ ਕਰ ਦਿੰਦੇ ਆ, ਫਿਰ ਕੁੜੀਆਂ ਕਹਿਣਗੀਆਂ ਸੁੱਕੇ ਪੋਪਕਨ ਕਿੱਥੋਂ ਆਈ ਜਾਂਦੇ ਆ। ਪੰਨਾ ਇਸ ਕੰਮ ਵੀ ਆਉਂਦਾ? ਚੱਲ ਸਪੋਜ਼ ਕਰ ਜੇ ਕਿਸੇ ਵਿਆਹ 'ਤੇ ਜਾਣਾ ਹੋਵੇ, ਉੱਥੇ ਤਾਂ ਨਾਨ ਪਾੜਨੇ ਹੁੰਦੇ ਸਾਡੇ ਅਰਗੇ ਨੇ, ਉੱਥੇ ਤਾਂ ਫਿਰ ਪੰਨਾ ਫਟ ਜਾਣਾ, ਮਨ ਜਿਹੜਾ ਤੇਰੀ ਧੁੰਨੀ 'ਚ ਖੁਰਕ ਹੋ ਗਈ ਫਿਰ ਕੀ ਕਰੇਂਗੀ? ਓਏ ਇਹਦੇ 'ਚ ਕੀ ਖਾਸ ਸੀ, ਠਰਕੀ ਵੇਖ ਕਿੱਦਾਂ ਖੁਸ਼ ਹੁੰਦੇ ਆ ਵੀਡੀਓ ਨੂੰ ਵੇਖ ਕੇ, ਸਾਲੇ ਉਹ ਹੈ ਤਾਂ ਕੱਪੜਾ ਹੀ ਇੰਨੇ ਠਰਕਦੇ ਭਰੇ ਹਨ ਅੰਦਰੋਂ ਤਾਂ, ਓਏ ਹੋਏ ਪੁੱਛੋ ਹੀ ਨਾ। ਐਵੇਂ ਮੂੰਹ ਚੱਕ ਕੇ ਇੰਨੇ ਵੱਡੇ ਪੈਸੇ ਫੜਾ ਗਈ, ਇਹਦੇ 'ਚ ਕੀ ਖਾਸ ਸੀਗਾ, ਕੁੰਡੇ ਵਾਲਾ ਕੱਪ ਵੀ ਦੇ ਜਾਂਦੀ ਉਹਨੂੰ। ਆਏ ਹਾਏ ਆ ਗਈ ਕੁਰਕਰੇ ਜੇ ਗਲੇ 'ਚ ਪਾ ਲਏ। ਮੈਂ ਇੱਕ ਗੱਲ ਵੇਖੀ ਆ, ਤੁਹਾਡਾ ਲਾਈਫ ਆਇਆ ਕਿ ਜਮਾਂ ਹੀ ਫੁੱਦੂ ਆ, ਏਦੂ ਵਧੀਆ ਤਾਂ ਮੈਂ ਮੈਗੀ ਬਣਾ ਲੈਂਦਾ, ਫਿਰ ਕੀ ਜੇ ਬਾਟੀ ਚਲਾ ਕੇ ਮਾਰ ਦਿੰਦਾ। ਇੰਨੇ ਵੈਸੇ ਬਣੇ ਨਹੀਂ ਸੀ ਸੋਹਣੇ ਜਿੰਨੇ ਤੁਸੀਂ ਦਿਖਾ ਤੇ, ਵਜਿਆ ਤੁਹਾਡੇ ਤੋਂ ਹੀ ਵਿਗਦਾਵਾ ਹੀ ਹੈ ਸਾਲਿਓ, ਐਂ ਤਾਂ ਦੱਸ ਦਿੰਦੇ ਪਾਲਿਸ਼ ਕਿੱਥੋਂ ਕਰਾ ਕੇ ਲਿਆਏ ਹੋ, ਫਰਕ ਦੇਖਿਓ।
ਲਈ ਹੈ। ਦੁਨੀਆ 'ਚ ਜੋ ਬੰਦਾ ਜਮਾਂ ਵਿਹਲਾ, ਬਿਲਕੁਲ ਵਿਹਲਾ, ਜਿਹਦੇ ਕੋਲ ਚੈਨਲ ਸਬਸਕ੍ਰਾਈਬ ਕਰਨ ਦਾ ਟਾਈਮ ਵੀ ਹੈ ਨਹੀਂ, ਉਹਦੇ ਲਈ ਇਹ ਕੰਮ ਹੈ। ਬਣ ਗਈ ਕੈਮਿੰਗ ਕਜੋਨ ਵਾਲੀ, ਉਹ ਕੈਮਜਿੰਗ ਕਜੋਨ, ਉਹ ਜਿਹੜਾ ਇੱਥੇ ਟੈਟੂ ਹੀ ਨਹੀਂ ਬਣਾਉਂਦਾ ਉਹ। ਨਹੀਂ ਇੰਨਾ ਟਾਈਮ ਲਾਇਆ ਆਹ ਬਾਹਾਂ ਵਾਲੇ ਦਸਤਾਨੇ ਆ, ਜੇ ਤੇ ਤੀਆਂ ਦੇ ਬਾਜ਼ਾਰੋਂ ਸਿੰਪਲ ਅਤੇ 40 ਦੇ ਪ੍ਰਿੰਟਡ ਮਿਲ ਜਾਂਦੇ ਆ, ਇਹ ਐਂ ਕਿ ਦੱਸ ਦਿੰਦੇ ਆ ਵੀ ਲਾਈਫ ਹੈਕ ਕੀ ਹੈ ਜਾਂ ਕਿਸ ਕੰਮ ਹੁੰਦਾ ਜਾਂ ਕਿੱਦਾਂ ਹੁੰਦਾ, ਉਸ ਤੋਂ ਬਾਅਦ ਉਹਦੇ ਸਾਈਡ ਇਫੈਕਟ ਜਾਂ ਇਹ ਨਹੀਂ ਦੱਸਦੇ ਵੀ ਖਰਾਬ ਵੀ ਕਰੂਗਾ। ਹੁਣ ਪੁੱਛਣ ਵਾਲਾ ਹੋਵੇ ਇੱਥੇ ਤੂੰ ਫੁੱਲ ਬੂਟੀਆਂ ਵਾਹ ਲਈਆਂ, ਪਸੀਨਾ ਆਇਆ, ਉਹੀ ਸਕੈਚ ਸਾਲਾ ਬਾਹਾਂ 'ਤੇ ਛਪ ਜੂਗਾ, ਫਿਰ ਟੈਟੂ ਦੇ ਵੀ ਪੈਸੇ ਬਚਾ ਗਈ। ਓਏ ਹੋਏ ਹੋਏ ਹੋਏ, ਸਾਡੇ ਇਹਨੂੰ ਜਲੂਸ ਕਹਿੰਦੇ ਆ। ਦੇਖ ਠੜਕਦੇ ਰੱਜੇ ਦਾ ਧਿਆਨ ਤਾਂ ਹੈ ਹੀ ਨਹੀਂ, ਕਿਸੇ ਹੋਰ ਹੀ ਪਾਸੇ ਆ। ਇਹ ਕਿਹੜਾ ਹੋਟਲ ਆ ਜਿਹੜਾ ਪਹਾੜਾਂ 'ਤੇ ਬਣਿਆ ਜਿੱਥੇ ਦੂਰਬੀਨ ਦੀ ਲੋੜ ਪੈਂਦੀ ਆ, ਅਤੇ ਇੱਥੋਂ ਕੀ 90 ਕਿਲੋਮੀਟਰ ਦੂਰ ਬੈਠਾ ਰੋਟੀ ਖਾਈ ਜਾਂਦਾ ਉਹ ਆਪਦੀ ਛੇਲੀ ਨਾਲ, ਸਾਹਮਣੇ ਦਾ ਬੈਠਾ ਦੂਰਬੀਨ ਲਾ ਕੇ ਵੇਖੀ ਜਾਂਦੀ, ਨੱਕ 'ਤੇ ਚੂਹੇ ਵੇਖਣ ਹੁੰਦੇ, ਓਏ ਹੋ ਐਡਾ ਜਿੱਜੂ ਕਿਵੇਂ ਆ ਗਿਆ ਹੁੰਦੇ, ਸਾਡੇ ਜਿੱਜੂ ਹੀ ਕਹਿੰਦੇ ਆ ਚੂਹੇ ਨੂੰ। ਲੱਛਣ ਦੀ ਪੱਟੀ ਹੈ ਗਾਚੀ ਲਾਲਾ ਮੂੰਹ 'ਤੇ, ਇੰਨੇ ਲੱਛਣ ਕਿਤੇ ਮੇਰੀ ਸਹੇਲੀ 'ਚ ਹੋਣ ਨਾ, ਮੇਰੇ ਵਰਗਾ ਲੱਪੜ ਹੀ ਲੱਪੜ ਲਾਵੇ ਮੂੰਹ 'ਤੇ, ਪਰ ਮੇਰੀ ਕੋਈ ਸਹੇਲੀ ਨਹੀਂ ਹੈ। ਉਹ ਬਲੈਕ ਹੈਡ ਇੰਨੇ ਫੁੱਦੂ ਵੀ ਨਹੀਂ ਹੁੰਦੇ ਜਿਹੜੇ ਨੱਕ 'ਚ ਉੱਤੇ ਹੀ ਬੈਠੇ ਹੁੰਦੇ ਆ, ਜਿਹੜੇ ਕਹਿੰਦੇ ਹੋਣਗੇ ਆ ਜਾਓ ਆ ਜਾਓ ਆ ਜਾਓ, ਲੈ ਜਾਓ ਲੈ ਜਾਓ ਸਾਨੂੰ ਲੈ ਜਾਓ, ਓਹੋ ਇੰਨਾ ਬਲੈਕ ਹੈਡ, ਖੜ ਜਾ ਜੇਬ 'ਚ ਪਾਉਣਾ। ਲੱਚਰ ਤਾਂ ਦੇਖ ਰਹੇ ਹੋ ਕਿੰਨੀ ਫੈਲ ਰਹੀ ਹੈ, ਸਾਲੇ ਉਹ ਕਿਤੋਂ ਹੋਰ ਵੀ ਪਾੜ ਸਕਦੇ ਸੀ ਜੀਨ ਨੂੰ, ਠਰਕੀ ਵੇਖ ਕਿਵੇਂ ਗੌਰ ਨਾਲ ਦੇਖਦੇ, ਸਾਲੇ ਉਹ ਮੈਂ ਦੇਖ ਲਿਆ ਕੁਛ ਵੀ ਨਹੀਂ ਦਿਸਿਆ। ਅੱਜ ਦਿਨ ਇੰਨਾ ਯਾਰ, ਵੀਡੀਓ 'ਤੇ ਲਾਈਕ ਕਮੈਂਟ 'ਤੇ ਸ਼ੇਅਰ ਕਰਿਓ ਅਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਇੱਕ ਹੋਰ ਸਬਸਕ੍ਰਾਈਬ ਬਟਨ ਸ਼ੋ ਹੋਊਗਾ ਮੇਰੇ ਵਲੋਗ ਚੈਨਲ ਦਾ, ਉਹਨੂੰ ਵੀ ਕਰ ਲਓ, ਵਲੋਗ ਆਈ ਜਾਂਦੇ ਧੜਾ ਧੜ ਡਿੱਗੀ ਜਾਂਦੇ ਵਲੋਗ ਆ ਕੇ, ਤਾਂ ਤੁਹਾਨੂੰ ਪਤਾ ਹੀ ਨਹੀਂ। ਸਨੈਪਚੈਟ 'ਤੇ ਐਡ ਕਰ ਲਓ, ਸਟੋਰੀਆਂ ਵੇਖ ਲਿਆ ਕਰੋ, ਇੱਥੇ ਵੀ ਕੋਈ ਕੰਮ ਵੀ ਨਹੀਂ ਕਰਦੇ, ਦੰਦ ਕੱਢੀ ਜਾਣਗੇ, ਤਰਕੀਆਂ ਨੂੰ ਕੋਈ ਕੰਮ ਨਹੀਂ। ਓ ਬਾਏ, ਓ ਬਾਰੋ ਫੋਨ ਵਾਟ ਕਿਵੇਂ ਆ ਪੈਨ ਪੈਨ ਜੋ।